ਨਾ ਕਬ ਵਾਕਿਆ ਸਾਡੇ ਮੁੰਡੇ ਨੇ ਕੰਮ ਕੀਤਾ ਖੁਦ ਵੀ ਭਾਈਆ ਕਾ ਵੀ ਸਾਡੇ ਮੁੰਡੇ ਨੇ ਇਹ ਕੰਮ ਕੀਤਾ ਕੁੜੀ ਉਹ ਅਗਵਾ ਸਾਡੇ ਮੁੰਡੇ ਹੀ ਕਰ ਗਿਆ ਕਯੂਮ ਤੇ ਸਾਨੂੰ ਲਿਆਦਾ ਟਾਈਮ ਦਿੱਤਾ ਜਾਵੇ ਤੇ ਅਸੀਂ ਉਸ ਟਾਈਮ ਦੀ ਕੁੜੀ ਵਾਪਸ ਕਰਸਾ ਫਿਰ ਸਾਹਿਬ ਨੂੰ ਮੈਂ ਆਖਾ ਸਾਹਿਬ ਉਹਨਾਂ ਨੂੰ ਫੋਨ ਕੀਤਾ ਕੁਰਸ਼ੀਸ ਨਾਲ ਕੁਰਸ਼ੀਸ ਦੀ ਮੰਗਣੀ ਕੀਤੀ ਛੱਡ ਸਾਹਿਬ ਨੂੰ ਵੀ ਪਤਾ ਸਾਡੇ ਪੂਰੇ ਰਿਸ਼ਤੇਦਾਰ ਖਾਨ ਨੂੰ ਰਿਸ਼ਤੇਦਾਰ ਸਾਰਿਆਂ ਨੂੰ ਪਤਾ ਵੀ ਮੰਗਣੀ ਕਰਾਇਆ ਸਾਦੀ ਇਸ ਮੰਗਣੀ ਦੇ ਰਾਜ਼ੀ ਸੀ ਆਜੇ ਹੱਥੇ ਸਮਾਨ ਸਮੋਨ ਉਰਾ ਪਰਾ ਜਿਹੜਾ ਨੇ ਲੈਂਦੀ ਰਹੀ ਹੈ

ਅਰੇ ਫਾਲਕਨ ਮੇ 28811 ਨੰਬਰ ਗਲੀ ਦੇ ਵਿੱਚ ਘਰੇ ਪਿਆ ਉਸ ਘਰ ਮੈਂ ਆਈ ਚੁ 3 ਸਾਲ ਦੀ ਕੰਮ ਕਰ ਰਹੀ ਹਾਂ ਘਰੇ ਚ ਰੋਜ਼ਾਨਾ ਮਾਂ ਅੰਮੀ ਉਹਦੀ ਛੱਡਣ ਜਾਂਦੀ ਏ ਮੈਂ ਵੀ ਖੁਦ ਦੋ ਦੋ ਚੱਕਰ ਲੈਣਾ ਉਹਦੀ ਅੰਮੀ ਵੀ ਚੱਕਰ ਲੈਦੀ ਏ ਜਿਸ 7 ਤਰੀਕ ਦਾ ਵਾਕਿਆ ਪਿਆ ਸਾਡੇ ਨਾਲ ਅੱਛਾ ਤੇ ਸਵੇਰ 10 ਵਜੇ ਅੰਮੀ ਛੱਡ ਤੇ ਆਈਏ ਜਦੋਂ ਅਸੀਂ 2 ਵਜੇ ਮੈਂ ਵੀ ਗਿਆ ਉਹਦੀ ਅੰਮੀ ਵੀ ਗਈ ਪਤਾ ਕੀਤਾ ਸਾਦੀ ਉੱਥੇ ਘਰ ਵਿੱਚ ਮੌਜੂਦ ਹੈ ਇਦ 5 ਵਜੇ ਅਸੀਂ ਛੋਨੇ ਛੁੱਟੀ ਦਾ ਟਾਈਮ ਅਸੀਂ ਲੈਣ ਗਏ ਆ ਉਦੋਂ ਵੇਖਿਆ ਸਾਦੀਆ ਗਾਇਬ ਸੀ ਸਾਨੂੰ ਪਤਾ ਚੱਲ ਗਿਆ ਉਹ ਪਰ ਅਬ ਰਾਤੀ 9 9 ਵਜੇ ਤੱਕ 9 ਜਾਂ 10 ਵਜੇ ਤੱਕ ਅਸੀਂ ਫਿਰਦੇ ਰਹੇ ਆ ਪੂਰਾ ਪਰ ਲੱਭਦੇ ਬੱਤਾਂ ਸ਼ਾਇਦ ਇਸ ਗੈਰੇਜ ਚ ਹੋਵੇ ਐਸੇ ਗੈਰੇਜ ਚ ਹੋਵੇ ਸਾਨੂੰ ਪਤਾ ਚੱਲ ਗਿਆ ਬੀਤੂ ਅਗਵਾ ਹੋ ਗਈ ਹੈ ਨਹੀਂ ਜਦੋਂ ਤੁਸੀਂ ਉਹਨਾਂ ਦੀ ਘਰ ਗਏ ਹੋ ਸਾਦੀ ਉਧਰ ਮੌਜੂਦ ਨਹੀਂ ਸੀ ਜਿਨ੍ਹਾਂ ਦੇ ਘਰ ਕੰਮ ਕਰਦੇ ਸੀ ਉਹਨਾਂ ਕੋਲ ਤੁਸੀਂ ਪੁੱਛਿਆ ਕਿ ਸਾਦੀਆ ਕਿੱਥੇ ਸਾਦੀਆ ਕੋ ਉਹਨਾਂ ਸਾਥ ਤੋਂ ਪੁੱਛਿਆ ਉਹਦੀ بیوی ਤੋਂ ਪੁੱਛਿਆ ਉਹਨਾਂ ਕਹਿੰਦੇ ਸ਼ਾਮ ਨੂੰ ਅਸੀਂ ਇਹੀ ਵੇਖਿਆ ਬਿ ਦਰਵਾਜ਼ੇ ਦੇ ਵਿੱਚ ਹੀ ਖੜੀ ਹੈ ਫਿਰ ਸਾਨੂੰ ਨਹੀਂ ਪਤਾ ਚੱਲਿਆ ਕਿ ਸਾਦੀਆ ਕਿੱਥੇ ਗਈ ਕਿੱਥੇ ਉਹਨਾਂ ਨੂੰ ਨਹੀਂ ਪਤਾ ਸਾਹਿਬ ਨੂੰ ਤੁਸੀਂ ਉਹਨਾਂ ਨੂੰ ਕਹਿ ਨਹੀਂ ਸੀ ਕਿ ਜਿੰਨੀ ਦੇ ਰਸੀ ਆਈਏ ਨਾ ਉਹਨ ਇਧਰ ਤੁਸੀਂ ਇਹਨੂੰ ਘਰੋਂ ਬਾਹਰ ਨਹੀਂ ਜਾਣ ਦੇਂਦੇ ਸਰ ਆਖਿਆ ਸੀ ਪਰ ਉਹਨਾਂ ਨੂੰ ਪਤਾ ਨਹੀਂ ਚੱਲਿਆ ਸਰ ਮੇਰੇ ਸਾਹਮਣੇ ਕੈਮਰੇ ਲੱਗੇ ਸੀ ਉਹਨਾਂ ਦੇ ਘਰ ਨਹੀਂ ਨਹੀਂ ਕੈਮਰੇ ਨਹੀਂ ਲੱਗੇ ਅੱਛਾ ਕਿ ਕੈਮਰੇ ਉੱਤੇ ਗਲੀਚ ਨਹੀਂ ਹੈ ਨਾ ਉਹਨਾਂ ਦੇ ਗਾਰ ਵੀ ਨਹੀਂ ਹੈ ਨਾ ਉਹਨਾਂ ਨੇ ਉਹ ਹੀ ਬਲਕੇਜ ਰਹਿ ਗਿਆ ਨਾ ਉਹ ਗਾਰਜ ਕੰਮ ਕਰਦੀ ਵਦੀ ਹੈ ਸ਼ਾਮ ਤੱਕ ਤੇ ਉਹਨਾਂ ਨੂੰ ਪਤਾ ਨਹੀਂ ਉਸ ਚੱਲਣ ਦਿੱਤਾ ਤੇ ਸਾਦੀ ਜਿਹੜੀ ਨਾ ਅਮਰਜੈਂਸੀ ਜਿਹੜੀ ਨਾ ਉੱਥੇ ਗਾਇਬ ਹੋ ਗਈ ਕੋਈ ਦੱਸਦਾ ਜੀ ਗੱਡੀ ਤੇ ਚੜ ਗਈ ਕੋਈ ਦੱਸਦਾ ਜੀ ਮੋਟਰਸਾਈਕਲ ਤੇ ਵਾਹ ਕਰ ਗਿਆ ਕੋਈ ਦੱਸਦਾ ਜੀ ਧਰੂ ਆਇਆ ਸੂਬਾ ਖਿੱਚੀ ਸੋਨ ਮੋਟਰਸਾਈਕਲ ਦੇ ਪਿੱਛੇ ਬਾਹ ਲਿਆ ਸੋ ਲੋਕੀ ਸਾਨੂੰ ਦੱਸੀ ਜਾਂਦੇ ਨੇ ਉਹ ਰ ਪਰ ਜਿਹੜੇ ਉਸ ਬਾਅਦ ਜਦੋਂ ਤੁਸੀਂ 9 ਵਜੇ ਤੱਕ ਮਹੱਲੇ ਚ ਪਤਾ ਕੀਤਾ ਮੁxtਲਫ ਜਗਾਂ ਤੇ ਜਾ ਕੇ ਤੁਸੀਂ ਪਤਾ ਕੀਤਾ ਨਹੀਂ ਪਤਾ ਚਲਿਆ ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਕਿਹਦੇ ਤੇ ਤੁਹਾਨੂੰ ਸ਼ੱਕ ਸਾਨੂੰ ਸ਼ੱਕ ਹੈ ਜਨਾਬ ਕਯੂਮ ਨਾਂ ਦਾ ਮੁੰਡਾ ਹੈ ਪਿਆ ਇੱਥੇ 3 ਨੰਬਰ ਗਲੀ ਮੈਡਲ ਕਲੋਨੀ 3 ਨੰਬਰ ਗਲੀ ਚ ਦੁਕਾਨੇ ਦਰਜ਼ੀਆਂ ਦਾ ਸਰ ਕੰਮ ਕਰਦਾ ਸਾਨੂੰ ਉਸ ਬੰਦੇ ਤੇ ਸ਼ੱਕ ਸ਼ੁਭਾ ਆਇ 10 15 ਦਿਨਾਂ ਦਾ ਉਹਦੇ ਤੇ ਸ਼ੱਕ ਸ਼ੁਭਾ ਤੁਹਾਨੂੰ ਕਿਸ ਤਰੀਕੇ ਨਾਲ ਹੋਇਆ ਵੀ ਮੈਂ ਖੁਦ ਆਪ ਉੱਤੇ ਸਾਹ ਦੇ ਘਰ ਜਾਂਦਾ ਪਿਆ ਸੀ ਤੇ ਮੈਂ ਉਹਨੂੰ ਕਿਸ ਨੁੱਕਰ ਤੇ ਵੇਖਿਆ ਬਈ ਮੋਟਰਸਾਈਕਲ ਤੇ ਉਹ ਮੁੰਡਾ ਖੜਾ ਸੀ ਤੇ ਮੈਂ ਉਸ ਵੀ ਨਹੀਂ ਪੁੱਛ ਸੰਗਾ ਵੀ ਤੂੰ ਕਿਸ ਵਜਨ ਦੁ ਖੜਾ ਹੈ ਯਕੀਂ ਮੈਂ ਖੜਾ ਹੈ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਹੈ ਯਾ ਉਹਨੇ ਮੈਂ ਦੇਖਾ ਫੁਰਤ ਹੋਰ ਨਸ ਗਿਆ ਪਹਿਲੇ ਤੋਂ ਤੁਹਾਨੂੰ ਜਾਨਦਾ ਸੀ ਉਹ ਨਹੀਂ ਨਹੀਂ ਸਰ ਉਹ ਖੁਦਾ ਨੂੰ ਪਤਾ ਹੈ ਜਾਣਦਾ ਹੈ ਜਾਂ ਨਹੀਂ ਜਾਣਦਾ ਤੁਸੀਂ ਵੈਸੇ ਪਹਿਲੇ ਉਸ ਬੰਦੇ ਨੂੰ ਨਹੀਂ ਜਾਣਦੇ ਸੀ ਨਹੀਂ ਮੈਂ ਨਹੀਂ ਜਾਣ ਅਜ ਤੱਕ ਨਹੀਂ ਜਾਣਦਾ ਉਹਦੇ ਤੇ ਸ਼ੱਕ ਹੋਇਆ ਫਿਰ ਤੁਸੀਂ ਉਹਨਾਂ ਦੇ ਕਾਰਨਿੰਗ ਹੈ ਸਾਨੂੰ ਉਸ ਬੰਦੇ ਤੇ ਜਦੋਂ ਸ਼ੱਕ ਹੋਇਆ ਉਹਨਾਂ ਦਾ ਅਸੀਂ ਉਹਦਾ ਇੱਕ ਬਰਾਏ ਇੱਕ ਨਈਆਂ ਕੰਮ ਕਰਦਾ ਉਸੇ ਤਿੰਨ ਬਰ ਗਲੀ ਦੇ ਵਿੱਚ ਕਰਸ਼ੀਦ ਉਹਦੇ ਨਾਮ ਹੈ ਬਾਈ ਦਾ ਉਹਦੇ ਵੱਡਾ ਭਾਈ ਹੈ ਕਰਸ਼ੀਦ ਉਹਦੇ ਨਾਮ ਹੈ ਜਿਹੜਾ ਕਰਸ਼ੀਦ ਕੁ ਰਾਤ ਨੂੰ ਗਿਆ ਯਾਰ ਵਜੂ ਨਿਆਕਾ ਜੀ ਉਹ ਮਾਮਾ ਹੀ ਉਹਦਾ ਆ ਗਿਆ ਤਿੰਨ ਬੰਦੇ ਆ ਗਏ ਤਿੰਨ ਬੰਦਾ ਉਹਨਾਂ ਨੇ ਪੁੱਛਿਆ ਦੱਸ ਗੱਲ ਬਾਤ ਅਸੀਂ ਉਹਨਾਂ ਨਾਲ ਕੀਤੀ ਵੀ ਸਰਕ ਯੂਮ ਸਾਡੀ ਕੁੜੀ ਨੂੰ ਲੈ ਗਿਆ ਸੀ ਇਹ ਹੀ ਗੱਲ ਕੀਤੀ ਹੈ ਉਹਨਾਂ ਨੇ ਸਾਨੂੰ ਰਾਤ ਦਾ ਟਾਈਮ ਦੇ ਦੀ ਅਸੀਂ ਕੁਝ ਪੁੱਛ ਦੱਸ ਕਰ ਲਈਏ ਫਿਰ ਤੁਹਾਨੂੰ ਦੱਸਾਂਗੇ ਜਦ ਰਤ ਨੂੰ ਅਸੀਂ ਉਹ ਆਏ ਨਸਨੂ ਸਵੇਲੇ ਉਹਨਾਂ ਨੇ ਸਵੇਰ ਜਦੋਂ ਮਿਲੇ ਉਹ ਮੰਨ ਗਏ ਨਾ ਕਿ ਵਾਕਿਆ ਸਾਡੇ ਮੁੰਡੇ ਨੇ ਕੰਮ ਕੀਤਾ ਖੁਦ ਦੇ ਭਾਈਆ ਕਾ ਵੀ ਸਾਡੇ ਮੁੰਡੇ ਨੇ ਇਹ ਕੰਮ ਕੀਤਾ ਕੁੜੀ ਉਹ ਅਗਵਾ ਸਾਡੇ ਮੁੰਡੇ ਹੀ ਕਰ ਗਿਆ ਕਯੂਮ ਤੇ ਸਾਨੂੰ ਲਿਆਦਾ ਟਾਈਮ ਦਿੱਤਾ ਜਾਵੇ ਤੇ ਅਸੀਂ ਉਸ ਟਾਈਮ ਦੀ ਕੁੜੀ ਵਾਪਸ ਕਰ ਸਾਂ ਫਿਰ ਸਾਹਿਬ ਨੂੰ ਮੈਂ ਆਖਾ ਸਾਹਿਬ ਉਹਨਾਂ ਨੇ ਫੋਨ ਕੀਤਾ cursion na kurshid sahab nu kurshid sahab ਇਸ ਰਾਤੀ 10 ਵਜੇ ਗਏ ਤਿੰਨ ਬੰਦੇ ਸਾਹਿਬ ਮੇਰੇ ਦੇ ਘਰ ਗਏ ਸਾਹਿਬ ਨੂੰ ਇਹ ਗੱਲ ਕੀਤੀ ਅਨੁਸਾਰ ਜੀ ਸਾਨੂੰ ਅੱਜ ਦਾ ਟਾਈਮ ਦੇ ਦਈਓ ਰਾਤੀ ਜਿਹੜੇ ਨੇ 9 ਵਜੇ ਕੁੜੀ ਵਾਪਸ ਕਰਸਾ ਸਾਰਾ ਦਿਨ ਅਸੀਂ ਇੰਤਜ਼ਾਰ ਕਰ 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 ਤੇ ਜਦ 9 ਵਜੇ ਨੂੰ ਉਦੋਂ ਜਿਹੜਾ ਜਵਾਬ ਹੋ ਗਿਆ ਜੀ ਸਾਨੂੰ ਅੱਜ ਲੱਭ ਨਹੀਂ ਰਹੀ ਮਿਲ ਨਹੀਂ ਰਹੀ ਨੰਬਰ ਬੰਦ ਨੇ ਇਹ ਉਹ ਡਰਾਮੇ ਵੀ ਸੱਡਨਲ ਕਰ ਗਏ ਸਾਹਿਬ ਮੇਰੇ ਨਾਲ ਕਰ ਗਏ ਨਿਮਾਜ਼ੀ ਫਿਰ ਇਹ ਜੀ ਉਹ ਬੰਦਾ ਹੈ ਪਿਆ ਉਦੋਂ ਜਦ ਤੁਸੀਂ ਉਹਨਾਂ ਦੇ ਘਰ ਗਏ ਜੀ ਕਇਉਮ ਉਸ ਟਾਈਮ ਉਹ ਘਰ 'ਚ ਮੌਜੂਦ ਨਹੀਂ ਸੀਗਾ ਨਹੀਂ ਨਹੀਂ ਕਇਉਮ ਦੁਕਾਨ ਵੀ ਬੰਦ ਸੀ ਦੁਕਾਨ ਵੀ ਕਇਉਮ ਦੀ ਬੰਦ ਹੈ ਉਸ ਟਾਈਮ ਦੇ ਮੈਂ ਪੁੱਛਿਆ ਕਿ ਕਇਉਮ 5 ਵਜੇ ਤੇ ਦੁਕਾਨ ਤੇ 5 ਵਜੇ ਤੋਂ ਪਿੱਛੇ ਕਇਉਮ ਗਾਇਬ ਹੈ ਅੱਛਾ ਕਇਉਮ ਉਸ ਟਾਈਮ ਗਾਇਬ ਹੋ ਗਿਆ ਸਾਡੀ ਕੁੜੀ ਵੀ ਇਸ ਤਰੀਕੇ ਨਾਲ ਅਗਵਾ ਕੀਤੀ ਗਈ ਹੈ ਉਸ ਤੋਂ ਸਾਨੂੰ ਤਸੱਲੀ ਹੋ ਗਈ ਕਿ ਜੇ ਦੁਆ ਕਇਉਮ ਗਾਇਬ ਹੈ ਨਾ ਇੱਥੇ ਸਾਡੀ ਕੁੜੀ ਵੀ ਗਾਇਬ ਹੈ ਘਰ ਦੇ ਵਿੱਚੋਂ ਕੋਈ ਸਮਾਨ ਵਗੈਰਾ ਤਾਂ ਨਹੀਂ ਲੈ ਕੇ ਗਏ ਸਾਡੇ ਘਰ ਦੇ ਵਿੱਚ ਸਫਾਕਤ 30000 ਰੁਪਇਆ ਪਿਆ ਸੀ ਉਹ ਇਹ ਖੁਦਾ ਜਾਣੇ ਕਦੋਂ ਚੁੱਕਿਆ ਸੀ ਕਦੋਂ ਨਹੀਂ ਚੁੱਕਿਆ ਸੀ ਅਸੀਂ ਸਮਝਾ ਲੈ ਨਹੀਂ ਅਸੀਂ ਦੀ ਤੇ ਵਿਰੋਸਾ ਕੀਤਾ ਨਾ ਵੀ ਇਹ ਕੀ ਬਰਸ ਦੇ ਵਿੱਚ ਆ ਤਾਂ 30000 ਰੁਪਏ ਲਾਏਗੇ ਤੁਸੀਂ ਸ਼ਾਦੀ ਦਾ ਵੀ ਜ਼ਿਕਰ ਕਰ ਰਹੇ ਸੀ ਹੁੰਦਾ ਸ਼ਾਦੀ ਦਾ ਸਾਰ ਅਸੀਂ ਉਹਦੀ ਮੰਗਣੀ ਕੀਤੀ ਛੱਡ ਸਾਹਿਬ ਨੂੰ ਵੀ ਪਤਾ ਸਾਡੇ ਪੂਰੇ ਰਿਸ਼ਤੇਦਾਰ ਖਾਨ ਨੂੰ ਰਿਸ਼ਤੇਦਾਰ ਸਾਰਾ ਨੂੰ ਪਤਾ ਵੀ ਮੰਗਣੀ ਕਰਾਇਆ ਸਾਦੀ ਇਸ ਮੰਗਣੀ ਤੇ ਰਾਜ਼ੀ ਸੀ ਆਦੇ ਹੱਥੇ ਸਮਾਨ ਸਮੁੰਨ ਉਰਾ ਪਰਾ ਜਿਹੜਾ ਲੈਦੀ ਰਹੀ ਹੈ ਬਰਤਨ ਲੈ ਸੁਕਲੀਨ ਲੈਏ ਸੁੱਕਪੜੇ ਖਰੀਦਦੇ ਸਭ ਹਰ ਚੀਜ਼ ਖਰੀਦੀਏ ਸੁਬ ਮੈਂ ਬਿਲਕੁਲ ਜਿਹੜਾ ਨਾ ਅਗਲੇ ਮਹੀਨੇ ਦੇ ਵਿੱਚ ਜਿਹੜਾ ਨਾ ਮੈ ਰਾਜ਼ੀਆਂ ਇਸ ਕੰਮ ਤੇ ਤੁਸੀਂ ਮੇਰੀ ਸ਼ਾਦੀ ਕਰ ਦੇਣੀ ਯਾਨੀ ਕਿ ਤੁਸੀਂ ਅਗਲੇ ਮਹੀਨੇ ਸ਼ਾਦੀ ਕਰਨੀ ਸੀ ਅਗਰ ਸੀ ਅਗਲੇ ਮਹੀਨੇ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਵੀ ਅਸੀਂ ਅਗਲੇ ਮਹੀਨੇ ਉਹਦੀ ਸ਼ਾਦੀ ਕਰਨੀ ਸੀ ਉਸਨੇ ਆਪਣੀ ਬੇਟੀ ਕੋ ਪੁੱਛਿਆ ਸੀ ਰਿਸ਼ਤਾ ਕਰਨ ਤੋਂ ਪਹਿਲੇ ਯਾਰ ਇਹ ਰਿਸ਼ਤਾ ਕਰਨ ਤੋਂ ਪਹਿਲੇ ਪੁੱਛਿਆ ਸੀ ਵੀ ਸ਼ਾਦੀ ਆ ਇਸ ਟਾਈਮ ਦੱਸ ਮੈਂ ਤੇਰਾ ਬੂ ਆਂ ਪੀ ਕਰਨੀ ਹੈ ਜੇ ਰਾਜੀ ਨਾਵੇਂ ਨਾ ਲਈ ਨਹੀਂ ਕਰਨੇ ਸਕਾ ਬੂ ਮੈਂ ਜਿਹੜਾ ਰਿਸ਼ਤਾ ਤੂੰ ਕਰਦਾ ਪੀ ਮੈਂ ਇਤਰਾਜ਼ੀ ਆ ਮੈਂ ਖੁਸ਼ ਆਂ ਤੁਸੀਂ ਮੈਂ ਆਜ ਹੱਥੀ ਸਾਰਾ ਸਮਾਨ ਆਜ ਬਣੇਸਾ ਤੋ ਜ਼ਬਰਦਸਤੀ ਉਹਨੂੰ ਅਗਵਾ ਕੀਤਾ ਗਿਆ ਇਸ ਗੱਲ ਮੈਨੂੰ ਨਹੀਂ ਸ਼ੱਕ ਆ ਬੀਬੀ ਜਿਹੜਾ ਨੇ ਇਸ ਤਰੀਕੇ ਨਾਲ ਕਰ ਜਿਸੀ ਜਾਂ ਨਾ ਜਿਸੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਬੇਟੀ ਨੂੰ ਜ਼ਬਰਦਸਤੀ ਅਗਵਾ ਕੀਤਾ ਗਿਆ ਸਾਨੂੰ ਲੱਗਦਾ ਹੈ ਵੀ ਨੇ ਥੜ ਤੇ ਅਗਵਾ ਕੀਤਾ मोबाइल सी से नहीं, नहीं मोबाइल अज तक तीन साल हो गया सी मोबाइल मेरे को मैं वाले शरीफ हाँ जो उदा भाई को अभी कुछ को मोबाइल अज तक नहीं वेखा रात को उठ उठतीय अगे पिछे मोबाइल अभी अज तक ओर नहीं देखा स्कूल पढ़ी बस घर का सिर्फ काम करी नहीं बिल्कुल नहीं नहीं पढ़ी नहीं बिलकुल नहीं पढ़ी बस जी बीवी है नमाज सबक लाए ਕੁਰਾਂਟਪਾ ਕੇ ਦਾ ਸਬਕ ਲੈ ਉਸ ਬਾਅਦ ਤੁਸੀਂ ਪੁਲਿਸ ਕੋਲ ਗਏ ਹੋ ਹਾਂਜੀ ਥਾਣਾ ਨਸੀराबाद ਮੇਰੇ ਸਾਹ ਮੇਰੇ ਨਾਲ ਗਿਆ ਮੈਂ ਉੱਥੇ ਰਿਪੋਰਟ ਕਰਾਈ ਸਾਰਾ ਕੁਝ ਕੀਤਾ ਉਹਨਾਂ ਨੂੰ ਦੱਸਾਇਆ ਕਿ ਯੂ ਮੈਂ ਵੀ ਅਕਰਸ਼ੀ ਦੇ ਪਿਆ ਉਹਦੇ ਤਿੰਨ ਚਾਰ ਇੱਥੇ ਬਾਈ ਰਹਿੰਦੇ ਨੇ ਤੇ ਸਾਡੀ ਕੁੜੀ ਉਹ ਲੈ ਤੇ ਗਈ ਹੋਇਆ ਹੈ ਪੁਲਿਸ ਸਾਡਾਂ ਸਾਡੀ ਇੱਕ ਨਹੀਂ ਸੁਣੀ ਅਸਲ ਕੀ ਕਹਿੰਦੇ ਨੇ ਥਾਣਾ ਨਸੀराबाद ਉਸ ਕੀ ਸੁਣਨੇ ਕੋਈ ਗੱਲ ਨਹੀਂ ਸੁਣਨੇ ਚੁੱਪ ਕਰਦੇ ਬਾਈ ਰਹਿੰ ਅਸੀਂ ਸਬਰ ਕਰਦੇ ਘਰ ਬੈ ਰਹੇ ਗਰੀਬ ਬੰਦੇ ਆ ਸਾਡੇ ਕੋਲ ਕੋਈ ਸ਼ਾਇਦ ਨਹੀਂ ਹੈ ਨਾ ਪੈਸਾ ਨਹੀਂ ਹੈ ਐਫਆਈਆਰ ਕੀਤੀ ਉਹਨਾਂ ਨੇ ਹਾਂਜੀ ਹਾਂਜੀ ਐਫਆਈਆਰ ਕੀਤੀ ਉਹਦੀ ਫੋਟੋਕਾਪੀ ਆ ਜਿਹੜੇ ਨਕਲ ਮੈਨ ਫੜਾ ਦਿੱਤੀ ਇਹਨੇ ਯਾਨੀ ਕਿ ਐਫਆਈਆਰ ਕਰਨ ਤੋਂ ਬਾਅਦ ਕੋਈ ਇੰਪਲੀਮੈਂਟ ਨਹੀਂ ਹੋਇਆ ਉਹਨਾਂ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਦੇ ਭੈਣ ਭਰਾਵਾਂ ਨੂੰ ਯਾ ਕਿਸੇ ਨੂੰ ਪੁੱਛ ਦੱਸ ਕੀਤੀ ਹੋਵੇ ਕਿਸੇ ਉਹਦੇ ਭੈਣ ਭਰਾ ਇਹ ਸਾਰੇ ਤਿੰਨ ਨੰਬਰ ਗਲੀ ਤੋਂ ਉਲਟਾ ਬਾਰ-ਬਾਰ ਸਾਡੇ ਸਾਹਮਣੇ ਹਮ ਦਿਨ ਬਿਵੇਕ ਤੁਸੀਂ ਸਾਡਾ ਕੀ ਕਰ ਲਿਆ ਅਸੀਂ ਚੁੱਪ ਕਰ ਜਾਂਦੇ ਹਾਂ ਸਾਡੀ ਅੱਖੀਆਂ ਨੀਵੀਂ ਆਉਂਦੀਆਂ ਨੇ ਗਰੀਬਾਂ ਕਰ ਕੁਝ ਨਹੀਂ ਸਕਦੇ ਭਾਈ उनके भाइयों से ना उनकी किसी फैमिली से अगर पूछताछ करते अगर वक्ती तौर पर इनकी बेटी को अगर गला करके वो लेके गया है तो अगर वो इनको मिल जाती तो हो सकता था की वो अपने वाले वापिस आ जाती अब जो इनके ऊपर गुजर रही है इनके अलावा कोई नहीं जान सकता रिश्तेदारों में इधर सी बात हर इंसान की इज़्ज़त होती है तो पुलिस वालों को भी चाहिए था कि इसके ऊपर जिस तरह उन्होंने एफ़ आई आर की थी उसकी फैमिली में किसी बंदे को पकड़ दे ताकि उस बंदे को पकड़ के पता किया जाता कि किस तरह से उसको वर्ग लाया है या उसने अगवा किया है क्या हुआ है इसके साथ ही अपनी मेज़बान ओमेरी को इजाजत दीजिए और देखते रहिए फोर्टी टू एच डी टी वी अलग